ਹਲੇ ਤੱਕ ਤਾਂ ਨਾ ਆਪਣੇ ਕਿਸਾਨ ਵੀਰਾਂ ਨੂੰ ਇਹੀ ਨਹੀਂ ਪਤਾ ਲੱਗਿਆ ਕਿ ਆਪਾਂ ਜਿਹੜੀ ਕਣਕ ਦੇ ਉੱਪਰ ਐਨ ਪੀ ਕੇ ਦੀ ਸਪਰੇਅ ਕਰਦੇ ਹਾਂ ਆਹੀ 13045 ਜਾਂ 052-34 ਇਹ ਕਦੋਂ ਕਰਨੀ ਹੈ ਪਤਾ ਆਪਣੇ ਕਿਸਾਨ ਵੀਰ ਕੀ ਕਹਿੰਦੇ ਆ ਯਾਰ ਕਣਕ ਸਾਡੀ 75 ਕੁ ਦਿਨਾਂ ਦੀ ਹੋ ਗਈ ਹੁਣ ਕਰਦੇ ਹਾਂ 13045 ਕੁਝ ਕਿਸਾਨ ਵੀਰ ਕਹਿੰਦੇ ਕਣਕ ਸਾਡੀ 90 ਦਿਨਾਂ ਦੀ ਹੋ ਗਈ ਹੁਣ ਕਰਦੇ ਹਾਂ 052-34 ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਦੋਸਤੋ ਤੁਸੀਂ ਇਹ ਗੱਲ ਤਾਂ ਪੱਲੇ ਮੰਨ ਲਓ ਆਪਾਂ ਕਣਕ ਦੇ ਦਿਨ ਗਿਣ ਕੇ ਸਪਰੇਅ ਨਹੀਂ ਕਰਨੀ ਕੋਈ ਵੀ ਐਨ ਪੀ ਕੇ ਆ ਆਪਾਂ ਕਿਹੜਾ ਐਨ ਪੀ ਕੇ ਕਰਦੇ ਜਦ ਕਿਸਾਨ ਵੀਰ 13045 052-34 ਜਾਂ ਫਿਰ 0050 ਆਹ ਤਿੰਨ ਕੁ ਐਨ ਪੀ ਕੇ ਚੱਲਦੇ ਆ ਤਿੰਨਾਂ ਦਾ ਰਿਜ਼ਲਟ ਤੁਗਣਾ ਲੈਣ ਲਈ ਪਤਾ ਕੀ ਕਰਨਾ ਦਿਨ ਨਹੀਂ ਗਿਣਨੇ ਆਪਾਂ 85 ਦਿਨਾਂ ਦੀ ਕਣਕ ਹੋ ਗਈ ਅਤੇ ਆਪਾਂ ਹੁਣ ਕਰ ਦਈਏ ਜਦੋਂ ਆਪਣੀ ਕਣਕ ਗੋਭ ਦੇ ਵਿੱਚ ਆ ਜਾਵੇ ਅਤੇ ਝੰਡਾ ਪੱਤਾ ਬਾਹਰ ਨਿਕਲ ਆਵੇ ਝੰਡੇ ਪੱਤੇ ਦੇ ਉੱਪਰ ਇਹ ਐਨ ਪੀ ਕੇ ਦੀ ਸਪਰੇਅ ਕਰਨੀ ਆ ਜੇਕਰ ਤੁਸੀਂ 13045 ਕਰ ਰਹੇ ਹੋ ਤਾਂ ਪ੍ਰਤੀ ਏਕੜ 2 ਕਿਲੋ ਤਾਂ ਪਾਇਓ 2 ਕਿਲੋ ਪਾਓਗੇ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਮਿਲਣਗੇ ਬਾਕੀ 052-34 ਤੁਸੀਂ 1 ਕਿਲੋ ਵੀ ਪਾ ਸਕਦੇ ਹੋ ਤਾਂ ਦੋਸਤੋ ਬਸ ਇੰਨਾ ਕੁ ਧਿਆਨ ਰੱਖਣਾ ਵੀ ਜਦੋਂ ਪੈਪ ਫੁੱਲ ਜੇ ਅਤੇ ਝੰਡਾ ਪੱਤਾ ਬਾਹਰ ਆ ਜੇ ਬਸ ਆਹ ਸਹੀ ਟਾਈਮ ਹੁੰਦਾ ਗਾ 13045 ਕਰਨੀ ਆ ਉਹਦਾ ਵੀ 052-34 ਕਰਨੀ ਆ ਉਹਦਾ ਵੀ ਜੇਕਰ 0050 ਕਰ ਰਹੇ ਹੋ ਤਾਂ ਉਹਦਾ ਵੀ ਇਹ ਸਮੇਂ ਆਪਣੇ ਕਣਕ ਨੂੰ ਪੋਟਾਸ਼ ਦੀ ਸਭ ਤੋਂ ਵੱਧ ਲੋੜ ਹੁੰਦੀ ਹੈ ਇਸ ਲਈ ਦੋਸਤੋ ਤੁਸੀਂ ਇਹਨਾਂ ਵਿੱਚ ਵੇਖਦੇ ਹੋ ਨਾ ਪੋਟਾਸ਼ ਦੀ ਮਾਤਰਾ ਬਹੁਤ ਜ਼ਿਆਦਾ ਆ ਕਿਉਂ ਆ ਕਿਉਂਕਿ ਇਸੇ ਸਮੇਂ ਝੰਡੇ ਪੱਤੇ ਨਹੀਂ ਹੁਣ ਆਪਣੀ ਕਣਕ ਦਾ ਝਾੜ ਵਧਾਉਣਾ ਜਿੰਨੀ ਜ਼ਿਆਦਾ ਇਹਨੂੰ ਖੁਰਾਕ ਮਿਲੂ ਜਿੰਨਾ ਜ਼ਿਆਦਾ ਇਹ ਹਰਾ ਭਰਾ ਹੋਊਗਾ ਚੌੜਾ ਹੋਊਗਾ ਤੰਦਰੁਸਤ ਹੋਊਗਾ ਅਤੇ ਪੋਟਾਸ਼ ਦਾ ਹੁਣ ਮੇਨ ਰੋਲ ਆ ਪੋਟਾਸ਼ ਨੇ ਕੀ ਕਰਨੀ ਆ ਪੱਤਿਆਂ ਵਿਚਲੀ ਸਾਰੀ ਖੁਰਾਕ ਚੱਕ ਕੇ ਕਿੱਥੇ ਭਰਨੀ ਆ ਆਪਣੇ ਸਿੱਟੇ ਦੇ ਵਿੱਚ ਜਿਹੜੇ ਦਾਣੇ ਭਰ ਰਹੇ ਆ ਬਸ ਤੁਸੀਂ ਸਿੱਧੇ ਸ਼ਬਦਾਂ 'ਚ ਇਹ ਸਮਝ ਲਓ ਵੀ ਜਿੰਨੀ ਖੁਰਾਕ ਹੁਣ ਆਪਾਂ ਪਾਈ ਆ ਉਹ ਸਾਰੀ ਖੁਰਾਕ ਚੱਕ ਕੇ ਦਾਣਿਆਂ 'ਚ ਭਰਦਾ ਕੰਮ ਪੋਟਾਸ਼ ਨੇ ਕਰਨਾ ਟਰਾਂਸਪੋਰਟ ਦਾ ਕੰਮ ਪੋਟਾਸ਼ ਨੇ ਕਰਨਾ ਇਸ ਲਈ ਦੋਸਤੋ ਵਾਰ ਵਾਰ ਇਹ ਜ਼ੋਰ ਦਿੱਤਾ ਜਾਂਦਾ ਕਿ ਇਸ ਸਮੇਂ ਉਹੀ ਐਨ ਪੀ ਕੇ ਕਰੋ ਜਿਹਦੇ ਵਿੱਚ ਪੋਟਾਸ਼ ਦੀ ਮਾਤਰਾ ਜ਼ਿਆਦਾ ਹੋਵੇ ਜੇਕਰ ਹੁਣ ਮੌਸਮ 'ਚ ਤਬਦੀਲੀ ਆਉਂਦੀ ਹੈ ਕਿਤੇ ਠੰਡ ਵੱਧ ਪੈ ਜਾਂਦੀ ਹੈ ਕਦੇ ਮੀਂਹ ਆ ਜਾਂਦਾ ਕਦੇ ਗਰਮੀ ਹੋ ਜਾਂਦੀ ਹੈ ਤਾਂ ਇਸ ਦੇ ਵਿੱਚ ਵੀ ਪੋਟਾਸ਼ ਦਾ ਬਹੁਤ ਵੱਡਾ ਰੋਲ ਆ ਤਾਂ ਦੋਸਤੋ ਅਜਿਹੇ ਮੌਸਮ ਦੇ ਸਟ੍ਰੈਸ ਤੋਂ ਵੀ ਪੋਟਾਸ਼ ਹੀ ਬਚਾਉਂਦੀ ਹੈ ਤਾਂ ਕਰਕੇ ਇਸ ਸਮੇਂ ਪੋਟਾਸ਼ ਦਾ ਕਾਫੀ ਵੱਡਾ ਰੋਲ ਆ ਜੇਕਰ ਆਪਾਂ ਸਹੀ ਸਮੇਂ 'ਤੇ ਪੋਟਾਸ਼ ਦੀ ਸਪਰੇਅ ਕਰਦੇ ਹਾਂ ਤਾਂ ਆਪਣਾ ਰਿਜ਼ਲਟ ਇਹਦਾ ਮਿਲੂਗਾ ਹੀ ਮਿਲੂਗਾ ਤੁਹਾਨੂੰ ਪਤਾ ਲੱਗੂਗਾ ਹੀ ਲੱਗੂਗਾ ਹਾਂ ਕਿ ਆਪਾਂ ਪੋਟਾਸ਼ ਕੀਤੀ ਸੀ ਕੁਝ ਨਾ ਕੁਝ ਤਾਂ ਫਰਕ ਆਪਣੀ ਫਸਲ ਦੇ ਵਿੱਚ ਦੇਖਣ ਨੂੰ ਮਿਲਦਾ ਗਾ ਤਾਂ ਦੋਸਤੋ ਲੱਗ ਗਿਆ ਨਾ ਪਤਾ ਕਿ ਆਪਾਂ ਕੋਈ ਵੀ ਐਨ ਪੀ ਕੇ ਆ ਉਹਦੀ ਸਪਰੇਅ ਕਦੋਂ ਕਰਨੀ ਆ ਜਦੋਂ ਆਪਣੀ ਕਣਕ ਗੋਭ ਦੇ ਵਿੱਚ ਹੋਵੇ ਨਾ ਕਿ ਆਪਾਂ ਦਿਨ ਗਿਣ ਕੇ ਸਪਰੇਅ ਕਰਨੀ ਆ ਧੰਨਵਾਦ ਦੋਸਤੋ।